ਸਿਵਲ ਹਸਪਤਾਲ ਖੰਨਾ ਵਿਖੇ ਬਣ ਰਿਹਾ ਜੱਚਾ ਬੱਚਾ ਸਰਕਾਰੀ ਹਸਪਤਾਲ ਚਾਲੂ ਹੋਣ ਤੋਂ ਪਹਿਲਾਂ ਹੀ ਵਿਵਾਦਾਂ ਵਿੱਚ ਘਿਰ ਗਿਆ। ਕਰੋੜਾਂ ਰੁਪਏ ਦੀ ਲਾਗਤ ਨਾਲ ਬਣ ਰਹੀ ਜੱਚਾ ਬੱਚਾ ਹਸਪਤਾਲ ਦੀ ਬਿਲਡਿੰਗ ਗੈਰ ਕਾਨੂੰਨੀ ਦੱਸੀ ਜਾ ਰਹੀ ਹੈ। ਇਸ ਦਾ ਖੁਲਾਸਾ ਭਾਜਪਾ RTI ਸੈੱਲ ਦੇ ਜ਼ਿਲ੍ਹਾ ਇੰਚਾਰਜ ਸਤੀ ਸ਼ਰਮਾ ਵੱਲੋਂ ਕੀਤਾ ਗਿਆ। RTI ਰਾਹੀਂ ਸਾਹਮਣੇ ਆਇਆ ਕਿ ਇਸ ਬਿਲਡਿੰਗ ਦਾ ਕੋਈ ਨਕਸ਼ਾ ਨਗਰ ਕੌਂਸਲ ਤੋਂ ਪਾਸ ਨਹੀਂ ਕਰਵਾਇਆ ਗਿਆ ਤੇ ਨਾ ਹੀ ਕੋਈ ਸਰਕਾਰੀ ਫੀਸ ਜਮ੍ਹਾਂ ਕਰਵਾਈ ਗਈ ਹੈ। ਅਜਿਹਾ ਕਰਕੇ ਜਿੱਥੇ ਨਗਰ ਕੌਂਸਲ ਨੂੰ ਲੱਖਾਂ ਰੁਪਏ ਦਾ ਵਿੱਤੀ ਨੁਕਸਾਨ ਹੋਇਆ, ਉੱਥੇ ਹੀ ਮਿਊਂਸੀਪਲ ਐਕਟ 1911 ਦੇ ਬਿਲਡਿੰਗ ਬਾਈਲਾਜ ਦੀ ਘੋਰ ਉਲੰਘਣਾ ਕੀਤੀ ਗਈ ਹੈ। ਇਹਦੇ ਵਿੱਚ ਇਹ ਹੈ ਜੀ, ਜਿਹੜਾ ਸਿਵਲ ਹਸਪਤਾਲ ਖੰਨਾ ਦੇ ਵਿੱਚ ਹੁਣ 4-5 ਮੰਜ਼ਲੀ ਬਿਲਡਿੰਗ ਬਣ ਰਹੀ ਹੈ, ਇਹਦੇ ਵਿੱਚ ਸਿਵਲ ਹਸਪਤਾਲ ਖੰਨਾ ਦੇ SMO ਸਾਹਿਬ ਮੇਨ ਨੇ ਜਿਹੜੇ, ਉਹਨਾਂ ਨੂੰ ਇੱਕ ਨਗਰ ਕੌਂਸਲ ਵੱਲੋਂ ਨੋਟਿਸ ਜਾਰੀ ਕੀਤਾ ਗਿਆ 27/10/2017 ਨੂੰ, ਜਿਹਦੇ ਵਿੱਚ ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਵੱਲੋਂ ਨੋਟਿਸ ਵਿੱਚ ਇਹ ਲਿਖਿਆ ਗਿਆ ਕਿ ਤੁਹਾਡੇ ਵੱਲੋਂ ਜਿਹੜੀ ਇਹ ਬਿਲਡਿੰਗ ਬਣਾਈ ਜਾ ਰਹੀ ਹੈ ਉਹਦੀ ਪ੍ਰਵਾਨਗੀ ਨਗਰ ਕੌਂਸਲ ਤੋਂ ਲੈਣੀ ਜ਼ਰੂਰੀ ਸੀ, ਪਰੰਤੂ ਇਹਨਾਂ ਨੇ ਉਹਨਾਂ ਨੇ ਰਿਕਾਰਡ ਵਾਚਨ ਉਪਰੰਤ ਦੇਖਿਆ ਵੀ ਉਹਦੇ ਵਿੱਚ ਕੋਈ ਵੀ ਮਨਜ਼ੂਰੀ ਨਗਰ ਕੌਂਸਲ ਤੋਂ ਨਹੀਂ ਲਿੱਤੀ ਗਈ ਹੈ ਅਤੇ SMO ਸਾਹਿਬ ਨੂੰ ਨਗਰ ਕਾਰਜਸਾਧਕ ਅਫਸਰ ਵੱਲੋਂ ਇਹ ਹਦਾਇਤ ਕੀਤੀ ਗਈ ਹੈ ਵੀ ਇੱਕ ਹਫ਼ਤੇ ਦੇ ਅੰਦਰ ਅੰਦਰ ਪੇਸ਼ ਕਾਗਜ਼ਾਤ ਪੇਸ਼ ਕਰਕੇ ਨਕਸ਼ੇ ਦੀ ਮਨਜ਼ੂਰੀ ਸੰਬੰਧੀ ਅੱਗੇ ਕਾਰਵਾਈ ਕੀਤੀ ਜਾਵੇ। ਨਗਰ ਕੌਂਸਲ ਵੱਲੋਂ ਬਿਨਾਂ ਕਿਸੇ ਦੇਰੀ SMO ਨੂੰ ਨੋਟਿਸ ਜਾਰੀ ਕਰਕੇ ਇੱਕ ਹਫ਼ਤੇ ਦੇ ਅੰਦਰ ਅੰਦਰ ਬਿਲਡਿੰਗ ਪਲਾਨ ਪੇਸ਼ ਕਰਨ ਲਈ ਕਿਹਾ ਗਿਆ। ਹਾਂਜੀ, ਜਿਹੜੀ ਤੁਸੀਂ ਨਵੀਂ ਬਿਲਡਿੰਗ ਦੀ ਪ੍ਰਵਾਨਗੀ ਦੀ ਗੱਲ ਕਰਦੇ ਹੋ, ਐਜ਼ ਪਰ ਰੂਲਸ ਉਹਨਾਂ ਨੇ ਸਾਡੇ ਤੋਂ ਪ੍ਰਵਾਨਗੀ ਲੈਣੀ ਹੁੰਦੀ ਹੈ ਅਤੇ ਲੇਕਿਨ ਇਸ ਕੇਸ ਵਿੱਚ ਉਹਨਾਂ ਨੇ ਨਹੀਂ ਲਿੱਤੀ, ਇਸ ਕਰਕੇ ਅਸੀਂ ਉਹਨਾਂ ਨੂੰ ਲੈਟਰ ਇਸ਼ੂ ਕੀਤਾ ਹੈਗਾ ਕਿਉਂਕਿ ਉਹ ਗਵਰਨਮੈਂਟ ਇੱਕ ਡਿਪਾਰਟਮੈਂਟ ਹੈਗਾ, ਇਸ ਲਈ ਡਿਪਾਰਟਮੈਂਟ ਟੂ ਡਿਪਾਰਟਮੈਂਟ ਦੀ ਟ੍ਰਾਂਜੈਕਸ਼ਨ ਹੈ, ਉਹ ਉਸ ਨੂੰ ਕਿਵੇਂ ਡਿਪਾਰਟਮੈਂਟ ਨਾਲ ਗੱਲ ਕਰਕੇ ਅਗਲੀ ਕਾਰਵਾਈ ਕਰਦੇ ਨੇ, ਉਹ ਉਹਨਾਂ ਨਾਲ ਸੰਬੰਧਿਤ ਹੈ। ਅਸੀਂ ਉਹਨਾਂ ਨੂੰ ਦੱਸਿਆ ਵੀ ਤੁਸੀਂ ਇਸ ਨਕਸ਼ਾ ਪਾਸ ਕਰਾਓ, ਦੇਖੋ ਸੈਕਸ਼ਨ 195 ਹੈਗਾ ਪੰਜਾਬ ਮਿਊਂਸੀਪਲ ਐਕਟ ਦਾ, ਉਹਦੇ ਤਹਿਤ ਅਗਲੀ ਕਾਰਵਾਈ ਜਿਹੜੀ ਇਹਦੇ 'ਚ ਅਮਲ 'ਚ ਲਿਆਵਾਂਗੇ, ਲੇਕਿਨ ਇਹ 'ਚ ਚੂਨਾ ਨਹੀਂ ਲੱਗ ਰਿਹਾ, ਦੋਨੋਂ ਹੀ ਮਹਿਕਮੇ ਸਰਕਾਰ ਦੇ ਨੇ, ਸਰਕਾਰ ਨੇ ਹੀ ਪੇਮੈਂਟ ਸਰਕਾਰ ਨੂੰ ਕਰਨੀ ਹੈ, ਇੱਕ ਡਿਪਾਰਟਮੈਂਟ ਵੱਲੋਂ ਦੂਜੇ ਡਿਪਾਰਟਮੈਂਟ ਦੀ ਟ੍ਰਾਂਜੈਕਸ਼ਨ ਹੈਗੀ ਹੈ, ਉਹ ਕੰਮ ਜਾਰੀ ਹੈਗਾ। ਉਹ ਉਹਨਾਂ ਨੇ ਵੀ ਕੋਈ SMO ਸਾਹਿਬ ਨੇ ਜਾਂ ਕੋਈ ਡਾਕਟਰ ਸਾਹਿਬ ਨੇ ਕਿਸੇ ਆਪਣੇ ਨਿੱਜੀ ਪਰਪਸ ਜਾਂ ਨਿੱਜੀ ਨਹੀਂ ਦੇਣੀ ਹੈਗੀ, ਉਹਦੇ 'ਚ ਵੀ ਸਿਸਟਮ ਇਹ ਹੈਗਾ ਵੀ ਉਹਨਾਂ ਨੇ ਵੀ ਡਿਪਾਰਟਮੈਂਟ ਨੂੰ ਲਿਖਣਾ, ਡਿਪਾਰਟਮੈਂਟ ਉਹਨੂੰ ਅਲਾਓ ਕਰਕੇ ਪੇਮੈਂਟ ਹੋਜੂਗੀ। ਦੂਜੇ ਪਾਸੇ SMO ਡਾਕਟਰ ਰਜਿੰਦਰ ਗੁਲਾਟੀ ਨੇ ਆਪਣੀ ਜ਼ਿੰਮੇਵਾਰੀ ਤੋਂ ਪੱਲਾ ਝਾੜਦਿਆਂ ਕਿਹਾ ਕਿ ਇਸ ਬਿਲਡਿੰਗ ਦਾ ਉਹਨਾਂ ਨਾਲ ਕੋਈ ਲੈਣ ਦੇਣ ਨਹੀਂ ਹੈ, ਬਿਲਡਿੰਗ ਦਾ ਨਿਰਮਾਣ ਹੈਲਥ ਕਾਰਪੋਰੇਸ਼ਨ ਕਰਾ ਰਹੀ ਹੈ ਅਤੇ ਸਾਰੀ ਜ਼ਿੰਮੇਵਾਰੀ ਵੀ ਉਹਨਾਂ ਦੀ ਹੈ। ਮੇਰੀ ਨੌਲੇਜ ਨਹੀਂ ਹੈ, ਮੈਂ SDO ਸਾਹਿਬ ਨੂੰ ਜਿਹੜੀ ਤੁਸੀਂ ਗੱਲ ਪੁੱਛ ਰਹੇ ਹੋ ਉਹਨਾਂ ਨੂੰ ਕਨਫਰਮ ਕਰਕੇ ਫਿਰ ਦੱਸ ਸਕਦਾ ਇਸ ਬਾਰੇ। ਇੱਕ ਕਮੇਟੀ ਵੱਲੋਂ ਤੁਹਾਨੂੰ ਲੈਟਰ ਵੀ ਇਸ਼ੂ ਹੋਇਆ ਤਾਂ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਕਿਸ ਚੀਜ਼ ਬਾਰੇ? ਬਿਲਡਿੰਗ ਬਾਰੇ? ਮੇਰੇ ਕੋਈ ਵੀ ਬਿਲਡਿੰਗ ਬਾਰੇ ਕਾਗਜ਼ ਆਉਂਦਾ ਉਹ SDO ਔਰ ਜਿਹੜੀ PHSE ਕੰਸਟਰਕਟਿੰਗ ਏਜੰਸੀ ਹੈ ਉਹਨਾਂ ਕੋਲ ਚਲੇ ਜਾਂਦਾ, ਕਿਉਂਕਿ ਇਹਦੇ ਵਿੱਚ ਤੁਹਾਨੂੰ ਇਤਲਾਹ ਦੇਣੀ ਜ਼ਰੂਰੀ ਸੀ ਕਿ ਵੀ ਇਹ ਨਕਸ਼ੇ ਪਾਸ ਕਰਾਉਣ ਲਈ ਜਾਂ ਇਹ ਇਨਡਾਇਰੈਕਟਲੀ ਸਾਰਾ ਕੁਝ ਹੋਵੇ। ਮੇਰੇ ਕੋਲ ਤਾਂ ਦੇਖੋ, ਮੈਨੂੰ ਤਾਂ ਇੱਕ ਪਲੈਨਿੰਗ ਹੁੰਦੀ ਹੈ ਬਸ, ਅਦਰਵਾਈਜ਼ ਮੇਰਾ ਕੋਈ ਰੋਲ ਨਹੀਂ ਹੁੰਦਾ ਇਹਦੇ ਕੰਸਟਰਕਸ਼ਨ, PHSE ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਜਿਹੜੀ ਹੈ ਉਹ ਕਰਦੀ ਹੈ ਸਰ। ਇਸ ਤੋਂ ਇਲਾਵਾ ਬਿਲਡਿੰਗ ਦੇ ਨਿਰਮਾਣ ਲਈ ਵਰਤੇ ਜਾ ਰਹੇ ਮਟੀਰੀਅਲ ਦੀ ਕੁਆਲਿਟੀ ਨੂੰ ਲੈ ਕੇ ਵੀ ਸਵਾਲ ਉੱਠੇ। ਇਸ ਸੰਬੰਧੀ ਮਿਲੀ ਸ਼ਿਕਾਇਤ ਦੇ ਆਧਾਰ ਤੇ ਵਿਜੀਲੈਂਸ ਲੁਧਿਆਣਾ ਦੀ ਟੀਮ ਨੇ ਸਿਵਲ ਹਸਪਤਾਲ ਦਾ ਦੌਰਾ ਕਰਕੇ ਸੈਂਪਲ ਵੀ ਭਰੇ। ਸਪੋਕਸਮੈਨ TV ਦੇ ਲਈ ਖੰਨਾ ਤੋਂ ਕਨਵਿੰਦਰ ਸਿੰਘ ਢਿੱਲੋਂ ਦੀ ਰਿਪੋਰਟ।